ਪੂਰਾ ਟ੍ਰਾਂਸਲੇਟ ਕਰਕੇ ਹੁਣ ਦੱਸਣ ਲੱਗਾ ਵਾ ਇਹ ਤੇ ਮੈਂ ਨਹੀਂ ਮੈਂ ਤੇ ਮੇਰਾ ਝੋਲਾ ਪਹੁੰਚ ਚੁੱਕੇ ਆ ਬਾਹਰ ਤਾਂ ਏਦਾਂ ਲੱਗਦੀਆਂ ਜਿੱਦਾਂ ਬੋਰਡ ਦੀਆਂ ਟਾਹਣੀਆਂ ਨਹੀਂ ਹੁੰਦੀ ਮੈਨੂੰ ਏਦਾਂ ਲੱਗਦਾ ਜਿੱਦਾਂ ਸ਼ਾਮ ਦੇ 4-5 ਵਜੇ ਹੁੰਦੇ ਆ ਬਿਲਡਿੰਗ ਦੇ ਉੱਪਰ ਬਿਲਡਿੰਗ ਚਾੜਤੀ ਅੰਤੋਨੀਓ ਮੋਂਟਾਨਾ ਓਕੇ ਸੋ ਹੇ ਗਾਇਸ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਯੂ ਗਾਇਸ ਡੂਇੰਗ ਵੈਲ ਇਨ ਯੂਰ ਲਾਈਫ ਸੋ ਸਵੇਰ ਦੇ ਵੱਜ ਗਏ 6:30 ਤੇ ਮੈਂ ਘਰੋਂ ਬਾਹਰ ਨਿਕਲ ਚੱਲਾ ਕਿਉਂਕਿ ਅੱਜ ਮੈਂ ਜਾਣਾ ਕੰਮ ਤੇ ਹਫ਼ਤੇ ਬਾਅਦ ਕੰਮ ਕਰ ਹਜੇ ਇੱਦਾਂ ਹੀ ਆ ਟਾਵਾਂ ਟਾਵਾਂ ਚਲੋ ਕੋਈ ਨਹੀਂ ਸ਼ੁਕਰਾਨਾ ਮਾਲਕ ਦਾ ਜਿੰਨਾ ਵੀ ਹੈਗਾ ਅਤੇ ਅੱਜ ਮੇਰੇ ਹਿਸਾਬ ਨਾਲ ਈਦ ਵੀ ਆ ਈਦ ਮੁਬਾਰਕ ਸਾਰਿਆਂ ਨੂੰ ਇਨਸ਼ਾਅੱਲਾ ਸਭ ਨੂੰ ਰਿਜ਼ਕ ਬਖਸ਼ੇ ਸਭ ਨੂੰ ਤੰਦਰੁਸਤੀ ਬਖਸ਼ਣ ਅਤੇ ਹੁਣ ਮੈਂ ਚੱਲਾਂ ਆਪਣੇ ਘਰ ਤੋਂ 2 ਕੁ ਸਟੋਪ ਅੱਗੇ ਆ ਅਤੇ 7 ਵਜੇ ਤੱਕ ਉੱਥੇ ਪਹੁੰਚਣਾ ਵਾ ਸੋ ਮੈਂ ਬੱਸ ਨਹੀਂ ਰਹੀ ਮੈਂ ਆਪੇ ਤੁਰ ਕੇ ਚੱਲਾਂ ਮੈਂ ਕਿਹਾ ਚਲੋ ਸੈਰ ਹੋ ਜੂਗੀ ਨਾਲੇ ਗਾਂਹ ਪਤਾ ਨਹੀਂ ਕਿਹੜੀ ਸਾਈਡ 'ਤੇ ਜਾਣਾ ਵਾ ਅਤੇ ਚੈਨਲ ਦੇ ਨਾਲ ਬਣੇ ਰਹੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆ ਬਿਲਡਿੰਗ ਤਾਂ ਪੂਰੀ ਬੰਬ ਗੋ ਲੱਗਦੀ ਹੈ ਦੇਖੋ ਕਿੰਨੀ ਘੈਂਟ ਬਣੀ ਹੈ ਨਾ ਸਟਰਕਚਰ ਉੱਦਾਂ ਵਧੀਆ ਬਣਿਆ ਗੋਲ ਜਿਹਾ ਸਵੇਰ ਦਾ ਵਿਊ ਵੀ ਬੜਾ ਘੈਂਟ ਅੱਜ ਦਾ ਮੌਸਮ ਠੀਕ ਹੀ ਆ ਕਦੀ ਮੀਂਹ ਪੈ ਜਾਂਦਾ ਕਦੀ ਧੁੱਪ ਨਿਕਲ ਜਾਂਦੀ ਆ ਕਦੀ ਠੰਡ ਹੋ ਜਾਂਦੀ ਕਦੀ ਗਰਮੀ ਹੋ ਜਾਂਦੀ ਕੋਈ ਪਤਾ ਹੀ ਨਹੀਂ ਲੱਗਦਾ ਬਿਲਡਿੰਗਾਂ ਦਾ ਘੈਂਟ ਆ ਆਹ ਜੋ ਤੁਸੀਂ ਦੇਖ ਰਹੇ ਹੋ ਜਿੱਦਾਂ ਆਪਣੇ ਇੰਡੀਆ ਸੰਡੇ ਸੇਲ ਨਹੀਂ ਲੱਗਦੀ ਹੁੰਦੀ ਉੱਦਾਂ ਇੱਥੇ ਸੇਲਾਂ ਲੱਗਦੀਆਂ ਜਿਹਨੂੰ ਮਾਰਸ਼ੇ ਕਹਿੰਦੇ ਆ ਇੱਦਾਂ ਸਾਰਾ ਸਵੇਰੇ ਸਵੇਰੇ ਸਾਜਰੇ ਸਮਾਨ ਟਿਕਾ ਦਿੰਦੇ ਆ ਅਤੇ 35-40 ਰੁਪਏ ਦਿਹਾੜੀ ਬਣ ਜਾਂਦੀ ਹੈ ਜੇ ਕੋਈ ਕੰਮ ਕਰਨਾ ਆਉਂਦਾ ਵਾ ਉਹ ਦੇਖੋ ਕੈਮਿਊ ਜਿਹੜੇ ਮੈਂ ਪੁਰਾਣੇ ਬਲੌਗ 'ਚ ਗਿਆ ਸੀ ਇਸ ਕੰਮ ਲਿਆਉਂਦੇ ਕੰਮ ਆ ਦੇਖੋ ਇੱਦਾਂ ਸਮਾਨ ਲੱਦ ਲੈਂਦੇ ਕੈਮਿਊ ਦੇ ਵਿੱਚ ਅਤੇ ਸਵੇਰੇ ਸਵੇਰੇ ਇੱਦਾਂ ਲੱਦ ਕੇ ਇੱਥੇ ਸੜਕਾਂ 'ਤੇ ਲਾ ਦਿੰਦੇ ਆ ਉਹ ਦੇਖੋ ਸਮਾਨ ਇਹਨੂੰ ਮਾਤਾ ਇੰਨੀ ਸਿਆਣੀ ਹੋ ਕੇ ਵੀ ਕੰਮ ਕਰ ਰਹੀ ਆ ਅਤੇ ਸਾਡੇ ਵਰਗੇ ਆਪਣੀ ਜਵਾਨੀ ਦੇ ਵਿੱਚ ਕਹਿ ਦਿੰਦੇ ਅਸੀਂ ਆਹ ਨਹੀਂ ਕਰਨਾ ਅਸੀਂ ਉਹ ਨਹੀਂ ਕਰਨਾ ਕੰਮ ਤਾਂ ਕਰਨਾ ਹੀ ਪੈਣਾ ਜਦੋਂ ਬੰਦਾ ਕੰਮ ਕਰਨ ਲੱਗ ਪੈਂਦਾ ਫਿਰ ਆਪੇ ਮੂਡ ਬਣ ਜਾਂਦਾ ਮੈਂ ਤੇ ਮੇਰਾ ਝੋਲਾ ਪਹੁੰਚ ਚੁੱਕੇ ਹਾਂ ਬੱਸ ਸਟੈਂਡ ਬਾਕੀ ਦੇਖਦੇ ਹਾਂ ਹੁਣ ਉਸਤਾਦ ਜੀ ਕਦੋਂ ਆਉਂਦੇ ਆ ਅਤੇ ਸਵੇਰੇ ਉੱਠਣ ਦੇ ਫਾਇਦੇ ਤਾਂ ਬਹੁਤ ਆ ਜਦੋਂ ਇੰਡੀਆ ਸੀ ਉਦੋਂ ਛੇਤੀ ਉੱਠਦਾ ਸੀ ਅਤੇ ਹੁਣ ਵੀ ਟਰਾਈ ਕਰਨਾ ਕਿਉਂਕਿ ਸਿਆਣੇ ਕਹਿੰਦੇ ਨਹੀਂ ਹੁੰਦੇ ਸਵੇਰੇ ਸਵੇਰੇ ਉੱਠਿਆ ਕਰੋ ਰੱਬ ਸਭ ਕੁਛ ਦਿੰਦਾ ਸਭ ਕੁਛ ਬਣ ਚੁੱਕਦਾ ਹੁੰਦਾ ਜਦੋਂ ਬੰਦਾ ਉੱਠਦਾ ਦੁਪਹਿਰ ਜੀ ਨੂੰ ਉਦੋਂ ਫਿਰ ਕੀ ਹੱਥ ਪੈਂਦਾ ਪੱਲੇ ਹੈ ਨਾ ਸੋ ਟਰਾਈ ਕਰਨਾ ਸਵੇਰੇ ਸਵੇਰੇ ਉੱਠਣਾ ਅਤੇ ਹਮੇਸ਼ਾ ਪੋਜ਼ਿਟਿਵ ਮਾਇੰਡ ਰੱਖਣਾ ਜੇ ਪੋਜ਼ਿਟਿਵ ਮਾਇੰਡ ਰੱਖਾਂਗੇ ਤਾਂ ਹੀ ਅੱਗੇ ਵਧਾਂਗੇ ਤਾਂ ਹੀ ਆਪਣੀ ਮੰਜ਼ਿਲ ਅਚੀਵ ਕਰਾਂਗੇ ਨਹੀਂ ਤਾਂ ਕੁਛ ਵੀ ਨਹੀਂ ਹੋਣਾ ਤਾਂ ਨਾ ਉਦੋਂ ਬੜੀ ਖਿੱਚ ਆਉਂਦੀ ਜਦੋਂ ਨਾ ਬੰਦਾ ਆਪ ਟਾਈਮ 'ਤੇ ਆਵੇ ਅਤੇ ਅਗਲਾ ਬੰਦਾ ਟਾਈਮ 'ਤੇ ਨਾ ਆਵੇ ਤੁਹਾਨੂੰ ਵੇਟ ਕਰਾਈ ਜਾਵੇ ਵੇਟ ਕਰਾਈ ਜਾਵੇ ਹੁਣ ਮੈਨੂੰ ਅੱਧਾ ਘੰਟਾ ਹੋ ਗਿਆ ਮੈਂ ਦੇਖ ਲਓ ਅਜੇ ਖੜ੍ਹਾ ਵਾਂ ਬੱਸ ਆਈ ਜਾਂਦੀ ਜਾਈ ਜਾਂਦੀ ਆ ਕੀ ਆ ਯਾਰ ਵੇਟ ਕਰਨੀ ਬਹੁਤ ਔਖੀ ਇੱਕ ਤਾਂ ਕੌਣ ਕੌਣ ਕਰਦਾ ਵੇਟ ਇੱਦਾਂ ਕਿਹਨੂੰ ਖਿੱਚ ਚੜ੍ਹਦੀ ਆ ਨਹੀਂ ਉਹਨੇ ਮੈਨੂੰ ਫੋਨ ਆਇਆ ਕਿ ਅਗਲੇ ਸਟੇਸ਼ਨ 'ਤੇ ਆ ਜਾ ਅਗਲੇ ਸਟੇਸ਼ਨ 'ਤੇ ਮੈਂ ਆ ਗਿਆ ਪਰ ਆਪ ਇੱਥੇ ਹੈ ਨਹੀਂ ਅਜੇ ਪਤਾ ਨਹੀਂ ਕੀ ਹੋਈ ਜਾਂਦਾ ਯਾਰ ਅੱਜ ਕਿਤੇ ਗਲਤ ਸਟੇਸ਼ਨ ਤਾਂ ਨਹੀਂ ਆ ਗਿਆ ਅਤੇ ਪਿੱਛੇ ਮੁੜਨਾ ਪਊ ਫੋਨ ਕਰਕੇ ਪੁੱਛਣਾ ਪੈਣਾ ਟਾਈਮ ਵਾਲਾ ਜਿਗਾੜ ਖਾਣਾ ਵੀ ਬੜਾ ਘੈਂਟ ਬਣਾਇਆ ਹੈ ਆਹ ਦੇਖੋ ਟਰੈਮਾਂ ਚੱਲਦੀਆਂ ਜਿੱਥੇ ਮਰਜ਼ੀ ਭੱਜੀ ਫਿਰਦੀਆਂ ਬਿਲਡਿੰਗ ਬੜੀ ਸੋਹਣੀ ਬਣਾਈ ਆ ਸਟਰਕਚਰ ਘੈਂਟ ਆ ਅਤੇ ਆਹ ਟਰੈਮ ਵਾਲਾ ਸਿਸਟਮ ਵੀ ਘੈਂਟ ਆ ਅੱਜ ਮੈਨੂੰ ਲੱਗਦਾ ਇਹਦੇ ਵਿੱਚ ਜਾਣਾ ਲੱਗਦਾ ਚੱਲ ਵੀ ਟਰੈਮ ਪੜਦੇ ਜੇ ਦੇਖਿਆ ਜਾਵੇ ਗੋਰੇ ਇੰਨਾ ਦਿਮਾਗ ਕਿੱਥੋਂ ਲੈ ਕੇ ਆਉਂਦੇ ਆ ਦੇਖ ਲਓ ਕਿੰਨਾ ਵਧੀਆ ਐਨ ਡਿਜ਼ਾਇਨ ਬਣਾਇਆ ਐਜ ਤਾਂ ਬਸ ਛੋਟੇ ਹੁੰਦੇ ਖਿਲੌਣਿਆਂ 'ਚ ਬਣਾਉਂਦੇ ਹੁੰਦੇ ਸੀ ਮੈਂ ਤਾਂ ਬਿਲਡਿੰਗ ਦੇ ਉੱਪਰ ਬਿਲਡਿੰਗ ਚਾੜਤੀ ਬਾਕੀ ਵਿਊ ਦੇਖੋ ਕਿੰਨਾ ਘੈਂਟ ਆ ਨਦੀ ਜੀ ਪੈਂਦੀ ਪਤਾ ਨਹੀਂ ਨਦੀ ਆ ਕਿ ਕੀ ਆ ਪਰ ਸਹੀ ਆ ਵਿਊ ਅੱਜ ਲੱਗਦਾ ਟਰੈਮ ਦੇ ਝੂਟੇ ਦੇਣੇ ਤੁਹਾਨੂੰ ਵੀ ਦਿਖਾਉਣਾ ਟਰੈਮ ਕਿੱਦਾਂ ਦੀ ਹੁੰਦੀ ਸਵੇਰੇ ਸਵੇਰੇ ਭੀੜ ਤਾਂ ਇੱਦਾਂ ਲੱਗੀ ਜਿੱਦਾਂ ਕਿਤੇ ਮੇਲੇ 'ਚ ਤੁਰਿਆ ਉਹਨਾਂ ਸਵੇਰੇ ਸਵੇਰੇ ਬਾਹਲਾ ਹੀ ਰਸ਼ ਹੁੰਦਾ
ਕਦੀ ਬੱਸ, ਕਦੀ ਟ੍ਰੈਮ, ਕਦੀ ਟ੍ਰੇਨ, ਕਦੀ ਮੈਟਰੋ। ਜਦੋਂ ਨਵੇਂ ਨਵੇਂ ਕੰਮ 'ਤੇ ਜਾਣਾ ਹੁੰਦਾ ਵਾ, ਕਿਤੇ ਅਲੱਗ ਕੰਮ 'ਤੇ ਜਾਣਾ, ਟ੍ਰੇਨਾਂ ਟੁਰਨਾਂ ਬਹੁਤ ਫਾਨੀਆਂ ਪੈਂਦੀਆਂ, ਅਲੱਗ ਅਲੱਗ ਸਟੇਸ਼ਨ ਘੁੰਮਣੇ ਪੈਂਦੇ ਆ। ਆਹ ਹੁਣ ਮੈਟਰੋ ਸਟੇਸ਼ਨ ਖੜ੍ਹੇ, ਹਜੇ ਪਤਾ ਨਹੀਂ ਕਿੰਨੀਆਂ ਟ੍ਰੇਨਾਂ ਫਾਨੀਆਂ। ਕੰਮ 'ਤੇ ਜਾਣ ਨੂੰ ਟਾਈਮ ਬੜਾ ਲੱਗਦਾ, 2 ਘੰਟੇ ਤਾਂ ਲੱਗੇ ਜਾਂਦੇ ਆ, ਤਾਂ ਹੀ 6 ਵਜੇ ਉੱਠਣਾ ਪੈਂਦਾ। ਇਹ ਮੈਟਰੋ ਆਹੀ ਖਾਸੀਅਤ ਆ ਗੋਰਿਆਂ ਦੀ, ਦੇਖ ਲਓ ਵਿਹਲੇ ਬੈਠੇ ਬੁੱਕ ਪੜ੍ਹੀ ਜਾਂਦੇ ਆ, ਇੱਦਾਂ ਨਹੀਂ ਦਿਮਾਗ ਨਹੀਂ ਖਰਾਬ ਕਰਦੇ, ਆਪਣਾ ਪੋਜ਼ਿਟਿਵ ਮਾਇੰਡ ਰੱਖਦੇ ਹਮੇਸ਼ਾ ਆਪਣੇ ਦਿਮਾਗ ਨੂੰ ਸੈੱਟ। ਡਬਲ ਡੈਕਰ ਬੱਸਾਂ 'ਚ ਤਾਂ ਬਹੁਤ ਬੈਠੇ ਸੀ, ਅੱਜ ਮੈਟਰੋ 'ਚ ਵੀ ਬਹਿ ਗਏ। ਡਬਲ ਡੈਕਰ ਇੱਥੇ ਮੈਟਰੋ 'ਚ ਆਉਂਦੀ, ਇੱਕ ਆ ਥੱਲੇ ਇੱਦਾਂ ਪੋਸਟ, ਇੱਕ ਆ ਉੱਪਰ, ਕਿੱਥੋਂ ਥੱਲੇ। ਵਿਊ ਕਿੰਨਾ ਘੈਂਟ, ਫੁੱਲ ਬੜੇ ਘੈਂਟ, ਉਹ ਦੇਖੋ ਪਰਪਲ ਏਰੀਆ ਘੈਂਟ ਲੱਗਦਾ, ਪੁਰਾਣੀ ਪੁਰਾਣੀ ਬਿਲਡਿੰਗਾਂ ਦਾ ਸਵਾਗਤ ਫੁੱਲਾਂ ਦੇ ਨਾਲ ਹੋਇਆ ਹੈ। ਆ ਗਿਆ ਸਾਈਕਲ ਸਟੈਂਡ, ਸਾਈਕਲ ਇਹ ਸਾਈਕਲ ਆ ਜਿਹੜੇ ਮੈਟਰੋ ਟ੍ਰੇਨਾਂ ਦੇ ਵਿੱਚ ਜਾਂਦੇ, ਖੜ੍ਹੇ ਕਰਕੇ ਚੱਲ ਜਾਂਦੇ, ਜਿੱਦਾਂ ਆਪਣੇ ਬੱਸ ਅੱਡੇ 'ਤੇ ਖੜ੍ਹੇ ਕਰਕੇ ਜਾਂਦੇ। ਹਾਲੇ ਤਾਂ ਬਾਹਰੇ ਛੱਡ ਗਿਆ ਪਤੰਦਰ, ਅੱਜ ਤਾਂ ਕੰਮ ਬਾਹਲਾ ਹੀ ਦੂਰ ਆ, 3 ਘੰਟੇ ਦਾ ਸਫ਼ਰ ਕਰਕੇ ਕੰਮ 'ਤੇ ਪਹੁੰਚੇ, ਹਜੇ ਵੀ ਪੈਦਲ 30 ਮਿੰਟ ਦਾ ਰਾਸਤਾ, 1/2 ਘੰਟੇ ਦਾ ਤੁਰ ਕੇ ਫੇਰ ਜਾ ਕੇ ਕੰਮ 'ਤੇ ਪਹੁੰਚਣਾ, ਅੱਜ ਬਾਹਲਾ ਟਾਈਮ ਲੱਗ ਜਾਣਾ ਆਉਣ ਜਾਣ 'ਚ। ਚਲੋ ਕੋਈ ਨਹੀਂ, ਕੰਮ ਜ਼ਰੂਰੀ ਆ, ਭਾਵੇਂ ਦੂਰ ਜਿੱਥੇ ਮਰਜ਼ੀ ਹੋਵੇ। ਰੈਸਟੋਰੈਂਟ ਬੜਾ ਘੈਂਟ ਆ, ਕੈਫੇ ਕੂਫੇ ਪੀ ਲਈਏ, ਕੈਮ ਹੋ ਜਾਈਏ, ਚਾਹ ਤਾਂ ਮੈਨੀ ਨਹੀਂ, ਕੈਫੇ ਹੀ ਪੀ ਲਈਏ। ਪਰ ਸੋਹਣੇ ਬਣੇ ਯਾਰ, ਜਿੱਦਾਂ ਵੀ ਛੋਟੀ ਜਿਹੀ ਦੁਕਾਨਾਂ ਹੈ ਨਾ, ਬੜੀਆਂ ਘੈਂਟ ਲੱਗਦੀਆਂ। ਦੇਖੋ ਡੈਕੋਰੇਸ਼ਨ ਵਾਲਾ ਸਮਾਨ ਕਿੰਨਾ ਘੈਂਟ ਲੱਗਦਾ, ਗੱਲਬਾਤ ਆ ਪੂਰੀ। ਆਹ ਛੋਟੀ ਜਿਹੀ ਕੁੱਪੀ ਦਿੰਦੇ 1-2 ਯੂਰੋ ਦੀ, ਇੰਡੀਆ ਦੇ 200 ਰੁਪਏ ਦੀ ਦੇਖ ਲਓ। ਹੈਂ, ਉੱਦਾਂ ਕੁਦਰਤ ਵੀ ਕੀ ਚੀਜ਼ ਹੈ ਨਾ, ਕਿੰਨੇ ਸੋਹਣੇ ਫੁੱਲ ਲੱਗਦੇ ਹੈ, ਅਲੱਗ ਅਲੱਗ ਕਲਰ, ਗ੍ਰੀਨ, ਪਿੰਕ, ਪਤਾ ਨਹੀਂ ਕਿੱਦਾਂ ਕਿੱਦਾਂ ਦੇ ਕਲਰ, ਪਰ ਘੈਂਟ ਲੱਗਦਾ ਹੈ ਵਿਊ, ਜੋ ਅੱਖੀ ਦੇਖਣ 'ਚ ਨਾ ਉਹ ਬੜਾ ਘੈਂਟ ਆ। ਘਰ ਕਿੰਨੇ ਸੋਹਣੇ ਆ, ਇੱਥੇ ਅੱਗੇ ਦੇਖਦਾ ਕਿੱਦਾਂ ਦੇ ਘਰ ਮਿਲਦੇ ਆ। ਫਾਈਨਲੀ 3 ਘੰਟੇ ਬਾਅਦ ਆਪਣੀ ਕੰਮ ਵਾਲੀ ਲੋਕੇਸ਼ਨ ਆ ਗਈ ਆ, ਅੰਦਰ ਜਾ ਕੇ ਦੇਖਦਾ ਕੀ ਆ, ਅਗੋਰੇ ਆ ਗਏ ਕੰਮ 'ਤੇ ਹੈ। ਆ ਤਾਰਾਂ ਤਾਂ ਇੱਦਾਂ ਲੱਗਦੀਆਂ ਜਿੱਦਾਂ ਬੋਰਡ ਦੀਆਂ ਟਾਹਣੀਆਂ ਨਹੀਂ ਹੁੰਦੀਆਂ ਲਮਕੀਆਂ, ਉੱਦਾਂ ਹੀ ਲੱਗਦੀਆਂ ਸਿਸਟਮ। ਕੁਝ ਗਾਟ ਖਾਨਾ ਇਹ ਸਾਰਾ ਸੈੱਟ ਕਰਨਾ ਹੁਣ। ਆਹ ਜਿਹੜਾ ਵਿਊ ਚੈੱਕ ਕਰੋ, ਦੇਖੋ ਘਰ ਕਿੰਨਾ ਘੈਂਟ ਹੈ, ਇੱਦਾਂ ਦਾ ਹੋਵੇ ਛੋਟਾ ਜਿਹਾ ਘਰ, ਆਲੇ ਦੁਆਲੇ ਗਾਰਡਨ, ਉਹ ਦੇਖੋ ਬੈਂਚ ਲਾਏ ਬਹਿਣ ਨੂੰ, ਅਤੇ ਉੱਦਾਂ ਵੀ ਵਾਈਬ ਪੂਰੀ ਘੈਂਟ ਆ, ਸ਼ਾਂਤੀ ਆ ਪੂਰੀ, ਘਰ ਬੜਾ ਸੋਹਣਾ, ਗੱਲਬਾਤ। ਹੁਣ ਆ ਗੋਰਿਆਂ ਨੇ ਕੀ ਕਰਨਾ, ਆ ਜਿਹੜਾ ਬੋਰਡ ਲਾਉਂਦੇ ਪਏ ਆ, ਆ ਜਿੱਦਾਂ ਹੁਣ ਤਾਰਾਂ ਲਮਕਦੀਆਂ, ਇਹ ਸਾਰੀ ਬੋਰਡ ਦੇ ਨਾਲ ਇੱਦਾਂ ਉੱਪਰ ਨੂੰ ਚੱਕ ਦੇਣੀ, ਇਹਨਾਂ ਸੈੱਟ ਹੋ ਜਾਣੀਆਂ, ਅਤੇ ਆਹ ਸਾਰਾ ਹੀ ਕਵਰ ਹੋ ਜਾਣਾ। ਫਿਰ ਬਾਅਦ 'ਚ ਅਸੀਂ ਕੀ ਕਰਨਾ, ਆ ਜਿਹੜੇ ਬੋਰਡ ਇਹਦੇ ਵਿੱਚ ਛੇਕ ਮਾਰ ਕੇ ਤਾਰਾਂ ਬਾਹਰ ਕੱਢਣੀਆਂ। ਗੋਰਾ ਟਰਾਂਸਲੇਟ ਕਰਕੇ ਹੁਣ ਦੱਸਣ ਲੱਗਾ ਵਾ, ਇਹ ਰੋਮੇਨੀਆ ਤੋਂ ਆਏ ਆ ਆਪਣੇ ਬੰਦੇ, ਅਤੇ ਐਲ ਖੋਲਿਆ ਇਹਨੇ ਗੂਗਲ ਟਰਾਂਸਲੇਟ, ਦੱਸੋ ਕੀ ਕਹਿਣਾ। ਯੂ ਆਰ ਮੈਰਿਡ? ਨੋ, ਆਈ ਐਮ ਨੋਟ ਮੈਰਿਡ। ਨੋ, ਮੈਂ ਨਹੀਂ ਵਿਆਹ ਹਜੇ। ਯੂ ਮੈਰਿਡ? ਯੂ ਬੋਥ ਮੈਰਿਡ? ਓਕੇ। ਘਰ ਬਣਾਉਣ ਨੂੰ ਦੇਖ ਲਓ ਕਿੰਨਾ ਟਾਈਮ ਲੱਗਦਾ, ਕਿੰਨੀ ਬੰਦਿਆਂ ਦੀ ਮਿਹਨਤ ਲੱਗਦੀ ਹੈ ਨਾ, ਕਿੰਨਾ ਜਗਾੜ ਖਾਨਾ ਲੱਗਦਾ, ਕਿੰਨਾ ਟਾਈਮ ਲੱਗਦਾ। ਸੋ ਤਾਂ ਹੀ ਕਹਿੰਦੇ ਘਰ ਜਿਹੀ ਕੋਈ ਚੀਜ਼ ਨਹੀਂ ਹੈਗੀ, ਬਣਦਾ ਤਾਂ ਇੱਕੋ ਵਾਰੀ ਬਣਦਾ, ਉਹ ਵੀ ਰੀਝ ਨਾ ਬਣਾਓ। ਇੱਦਾਂ ਦੇ ਘਰ ਵੀ ਬੜੇ ਘੈਂਟ ਲੱਗਦੇ, ਛੋਟੇ ਛੋਟੇ ਜਿਹੇ ਹੈ ਨਾ, ਇੱਦਾਂ ਲੱਕੜੀ ਦਾ ਡੈੱਕ ਜਿਹਾ ਹੋਵੇ,
ਏਦਾਂ ਵਧੀਆ ਪਾਰਟੀ ਪੁਲਟੀ ਕਰਨ ਨੂੰ ਕੁਰਸੀਆਂ ਕੁਰਸੀਆਂ ਲਾ ਕੇ ਬਾਰਬੀਕਿਊ ਚੱਲੇ ਹੈ, ਵਧੀਆ ਲੱਗਦਾ ਘਰ ਬੜਾ ਘੈਂਟ ਏਦਾਂ ਦੇ ਹੋਣ, ਛੋਟਾ ਹੋਵੇ ਪਰ ਵਧੀਆ ਹੋਵੇ। ਜਦੋਂ ਆਹ ਘਰ ਬਣ ਕੇ ਤਿਆਰ ਹੋਣਾ ਵਧੀਆ ਬਣ ਜਾਣਾ, ਇੱਥੇ ਇੱਦਾਂ ਘਾਹ ਘੂ ਜਿਹਾ ਲਾ ਲਵੇ, ਆਲੇ ਦੁਆਲੇ ਇੱਦਾਂ ਸੋਫੇ ਸੂਫੇ ਜਿਹੇ ਲਾ ਕੇ, ਜਾਂ ਟੇਬਲ ਟੂਬਲ ਖਾਣ ਨੂੰ ਜਿੱਦਾਂ ਹੁਣ ਗਰਮੀ ਆ, ਬਾਹਰ ਡਾਇਨਿੰਗ ਟੇਬਲ ਲਾ ਲਵੇ ਰੋਟੀ ਪਾਣੀ ਖਾਣ ਨੂੰ, ਵਧੀਆ ਬਣ ਜਾਣਾ। ਹਜੇ ਬਣ ਰਿਹਾ ਸਟਰਕਚਰ ਇਹਦਾ, ਆਹ ਘਰ ਤਾਂ ਫਿਰ ਘੈਂਟ ਹੀ ਆ। ਇੱਧਰ ਵਾਲਾ ਕੰਮ ਤਾਂ ਛੇਤੀ ਮੁੱਕ ਗਿਆ, ਅਤੇ ਹੁਣ ਉਸਤਾਦ ਜੀ ਕਹਿੰਦੇ ਦੂਜੇ ਪਾਸੇ ਜਾਣਾ, ਅਤੇ ਹੁਣ ਦੂਜੇ ਪਾਸੇ ਦੇਖਦੇ ਹਾਂ ਕੀ ਬਣਦਾ, ਕਿੰਨਾ ਕੁ ਕੰਮ ਹੈਗਾ। ਬਾਕੀ ਆਹ ਏਰੀਏ ਦੇ ਵਿੱਚ ਘਰ ਹੈ ਭਾਵਾਂ ਛੋਟੇ ਆ, ਪਰ ਹੈਗੇ ਬੜੇ ਘੈਂਟ ਘੈਂਟ ਆ। ਛੋਟੇ ਆਲੇ ਦੁਆਲੇ ਜਗ੍ਹਾ ਛੱਡੀ ਹੋ, ਅਤੇ ਇਲਾਕਾ ਵੀ ਐਨ ਸ਼ਾਂਤ ਗ੍ਰੀਨਰੀ ਵਾਲਾ ਵਧੀਆ ਏਰੀਆ ਘੈਂਟ। ਆਹ ਸਵਿਫਟ ਇੱਥੇ ਕੀ ਕਰਦੀ ਹੈ, ਇੱਥੇ ਵੀ ਇਹਦੀ ਮਾਰਕੀਟ ਹੈਗੀ ਹੈ। ਕਿੰਨੀ ਘੈਂਟ ਬਣਾਈ ਆ, ਤਿੱਤਲੀਆਂ ਜੀ ਬਣਾ ਕੇ ਹੈ, ਗੱਲਬਾਤ ਆ। ਬੈਰੀਅਰ ਜੇ ਤਾਂ ਲਾਏ ਆ, ਕਈ ਬੰਦੇ ਸੁਸਾਈਡ ਕਰ ਲੈਂਦੇ ਜਦੋਂ ਮੈਟਰੋ ਆਉਂਦੀ ਆ, ਤਾਂ ਸੇਫਟੀ ਵਾਸਤੇ ਲਾਏ ਆ। ਇੱਥੇ ਦਾ ਚੱਲ ਰਿਹਾ ਰੰਗ ਦਾ ਕੰਮ, ਹਾਲੇ ਰੁੱਖ ਸਾਰਾ ਕਲੂਰ ਕਿੱਦਾਂ ਪਿਆ ਮੈਨੂੰ ਪਤਾ ਨਹੀਂ, ਸਾਡਾ ਕੰਮ ਕੀ ਆ, ਤਦ ਤੱਕ ਰੋਟੀ ਖਾਣਾ। ਰੋਟੀ ਜ਼ਿਆਦਾ ਲਿਆਉਂਦੇ ਆਪਾਂ ਰਾਜਮਾਂਹ, ਪੰਜਾਬ ਵਾਲੀ ਫੀਲਿੰਗ ਲਈ ਪੂਰੀ। ਸ਼ਾਮ ਦੇ ਵੱਜ ਗਏ 6:30, ਅਤੇ ਹਜੇ ਯਾਰ ਹੁਣੀ ਕੰਮ 'ਤੇ ਹੀ ਆ, ਅਤੇ ਹੁਣ ਚੱਲਾਂ ਇੰਟਰਮਾਰਚ, ਕੁਛ ਖਾ ਪੀ ਲਈਏ, ਮਾੜਾ ਮੋਟਾ ਭੁੱਖ ਲੱਗ ਗਈ ਆ, ਅੱਜ ਟਾਈਮ ਲੱਗ ਜਾਣਾ ਮੇਰੇ ਹਿਸਾਬ ਨਾਲ, 7-8 ਵਜੇ ਜਾਣੇ ਆ, ਬਾਕੀ ਕੋਈ ਚੱਕਰ ਨਹੀਂ। ਅੱਜ ਰੈੱਡ ਬੁੱਲ ਮੋਸਟਰ ਹੀ ਚੱਲੂੰਗੀਆਂ। ਰਾਤ ਦੇ ਵੱਜ ਗਏ 8, ਦੇਖਣ ਨੂੰ ਇੱਦਾਂ ਲੱਗਦਾ ਜਿੱਦਾਂ ਸ਼ਾਮ ਦੇ 4-5 ਵਜੇ ਹੁੰਦੇ ਆ। ਇੱਥੇ ਰਾਤ ਨੂੰ 10 ਵਜੇ ਤੱਕ ਧੁੱਪ ਹਟਦੀ ਆ, ਫਿਰ ਰਾਤ ਪੈਂਦੀ ਆ, ਅਤੇ ਟ੍ਰੇਨਾਂ ਅਤੇ ਮੈਟਰੋ ਦੇ ਵਿੱਚ ਸਫ਼ਰ ਕਰਕੇ ਹੁਣ ਇੱਥੋਂ ਲੈਣੀ ਇੱਕ ਟਰਾਮ, ਉਹ ਤੋਂ ਬਾਅਦ ਲੈਣੀ ਬੱਸ, ਫਿਰ ਘਰ ਜਾਣਾ। ਮੇਰੇ ਹਿਸਾਬ ਨਾਲ 8:30-9 ਵੱਜ ਜਾਣੇ ਅੱਜ। ਬਾਕੀ ਤੁਸੀਂ ਵਿਊ ਚੈੱਕ ਕਰੋ ਹੁਣ ਸ਼ਾਮ ਦਾ। ਚੰਗਾ ਫਿਰ ਮਿੱਤਰੋ, ਅੱਜ ਦੇ ਵਲੌਗ ਨੂੰ ਕਰਦੇ ਆ ਇੱਥੇ ਐਂਡ। ਜੇ ਚੈਨਲ 'ਤੇ ਨਵੇਂ ਆ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ, ਜੇ ਵਧੀਆ ਲੱਗਿਆ ਤਾਂ ਨੋਟੀਫਿਕੇਸ਼ਨ ਬੈਲ ਵੀ ਔਨ ਕਰ ਲਿਆ ਕਰੋ, ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਦੇਖਣ ਨੂੰ ਮਿਲ ਜਾਇਆ ਕਰੇ। ਰੱਬ ਰਾਖਾ, ਮਿਲਦੇ ਹਾਂ।